ਤਾਂ ਕਿਸਾਨ ਆਗੂਆਂ ਵੱਲੋਂ ਕੱਲ੍ਹ ਜਿਹੜੀ ਕਾਫੀ ਜਿਹੜੀਆਂ ਗੱਲਾਂ ਕੀਤੀਆਂ ਗਈਆਂ ਤਾਂ ਉਸ ਤੋਂ ਬਾਅਦ ਜਿਹੜੇ ਲੋਕ ਬਚਣ ਦੀ ਵੀ ਕੋਸ਼ਿਸ਼ ਕਰ ਰਹੇ ਸੀ, ਪਰ ਅੱਜ ਜਿਹੜਾ ਕਿਸਾਨਾਂ ਵੱਲੋਂ ਕਈ ਐਸੇ ਜਿਹੜੇ ਕੰਮ ਕੀਤੇ ਜਾ ਰਹੇ ਨੇ ਤਾਂ ਜੋ ਕੱਲ੍ਹ ਹੰਝੂ ਦੇ ਗੋਲੇ ਵੀ ਛੱਡੇ ਗਏ ਸੀ ਅਤੇ ਉਸ ਤੋਂ ਬਾਅਦ ਜਿਹੜਾ ਗੋਲੀਆਂ ਵੀ ਚਲਾਈਆਂ ਗਈਆਂ ਸੀ ਪਲਾਸਟਿਕ ਦੇ, ਤਾਂ ਅੱਜ ਜਿਹੜਾ ਕਿਸਾਨਾਂ ਵੱਲੋਂ ਅਲੱਗ ਤਰ੍ਹਾਂ ਦਾ ਉਪਰਾਲਾ ਕੀਤਾ ਜਾ ਰਿਹਾ। ਦੇਖੋ ਕਿਸ ਤਰੀਕੇ ਨਾਲ ਅੱਜ ਬੋਰੀਆਂ ਗਿੱਲੀਆਂ ਕੀਤੀ ਜਾ ਰਹੀ, ਜਾਣਦੇ ਹਾਂ ਕੀ ਹੋਏਗਾ ਇਹਦੇ ਨਾਲ। ਬਾਬਾ ਜੀ ਕੀ ਹੋਏਗਾ ਇਹਦੇ ਨਾਲ? ਇਹ ਵੇਖੋ ਜੀ, ਜਦੋਂ ਇਹ ਉੱਧਰੋਂ ਗੋਲੇ ਸੁੱਟਦੇ ਆ ਨਾ, ਇਹ ਗੋਲਿਆਂ ਦੇ ਉੱਤੇ ਦਬਦਾ ਬੋਰੀ ਸੁੱਟਣੀ ਪੈਂਦੀ ਆ, ਇਹ ਗੋਲਾ ਉਹ ਚੱਲੇ ਨਾ ਅਤੇ ਆਪਣੇ ਕਿਸੇ ਕਿਸਾਨ ਦਾ ਨੁਕਸਾਨ ਨਾ ਹੋਵੇ, ਇਹ ਕਰਕੇ ਬੋਰੀਆਂ ਭੇਂਗ ਕਰਕੇ ਸੁੱਟੀ ਜਾ ਰਹੀ। ਜਿੱਦਾਂ ਕੱਲ੍ਹ ਦੇਖਿਆ ਕਿ ਗੋਲੇ ਛੱਡੇ ਗਏ, ਹੰਝੂਆਂ ਵਾਲੇ ਗੋਲੇ ਛੱਡੇ ਗਏ, ਤਾਂ ਕਿੰਨਾ ਕੁ ਜੇ ਕਹਿੰਦੇ ਕੈਮੀਕਲ ਵੀ ਸੀਗਾ ਉਹਨਾਂ ਵਿੱਚੋਂ? ਹਾਂਜੀ, ਕੈਮੀਕਲ ਉਹ ਜੀ ਅੱਖਾਂ ਨੂੰ ਬਹੁਤ ਚੜ੍ਹਦਾ ਵਾ, ਨਾ ਸਾਨੂੰ ਬੰਦੇ ਸਾਹ ਗੁੰਮ ਹੋਣ ਪੈਂਦਾ ਵਾ, ਪਰ ਇਹਨਾਂ ਨੂੰ ਇਹ ਨਹੀਂ ਚਾਹੀਦਾ। ਇੱਧਰ ਵੀ ਤਾਂ ਇਨਸਾਨ ਹੀ ਨੇ ਨਾ, ਜੇ ਉੱਧਰ ਇਨਸਾਨ ਖਲੋਤੇ ਤਾਂ ਇੱਧਰ ਵੀ ਇਨਸਾਨ ਨੇ, ਇਨਸਾਨਾਂ ਵਾਲੀ ਕਰਕੇ ਵਿਖਾਉਣ, ਜੇ ਪਿੱਛੋਂ ਆਈ ਆ ਗਏ ਤਾਂ ਗਾਂਹ ਕਿਉਂ ਨਹੀਂ ਲੰਘਣ ਦਿੰਦੇ, ਲੰਘਣਾ ਦੇਣਾ ਚਾਹੀਦਾ। ਕਿੰਨੀਆਂ ਬੋਰੀਆਂ ਅਤੇ ਕਿਸ ਤਰ੍ਹਾਂ ਇਸ ਨੂੰ ਯੂਜ਼ ਕਰੋਗੇ? ਵੇਖੋ ਜੀ, ਇਹ ਵਾਧੂ ਬੋਰੀਆਂ ਨੇ, ਜਿੰਨੇ ਸਾਡੇ ਕਿਸਾਨ ਦਲੇਰ ਵੀਰ ਸਾਰੇ ਹੈਗੇ ਨੇ, ਇਹ ਚੁੱਕ ਚੁੱਕ ਬੋਰੀਆਂ ਬੰਬਾਂ ਵੱਲ ਨੂੰ ਭੱਜਦੇ ਨੇ, ਆਪਣੀ ਜਾਨ ਦੀ ਬੇਪਰਵਾਹੀ ਕਰਦੇ ਹਾਂ, ਇਹਨਾਂ ਦੇ ਨਾਲ ਲੜਨ ਨੂੰ ਤਿਆਰ ਨੇ, ਵੀ ਅਸੀਂ ਦਿੱਲੀ ਜਾਣਾ ਹੀ ਜਾਣਾ ਮੈਂ। ਇਸ ਕਰਕੇ ਕੱਲ੍ਹ ਕਈ ਨੌਜਵਾਨ ਜ਼ਖਮੀ ਹੋਏ ਗੋਲੇ ਨਾਲ, ਅਤੇ ਜਿਹੜੀਆਂ ਗੋਲੀਆਂ ਚੱਲੀਆਂ ਪਲਾਸਟਿਕ ਦੀਆਂ ਜ਼ਖਮੀ ਹੋਏ, ਅਤੇ ਹੁਣ ਇਹ ਉਪਰਾਲਾ ਕਿਸ ਤਰ੍ਹਾਂ ਕੀਤਾ ਜਾ ਰਿਹਾ? ਹੁਣ ਇਹ ਉਪਰਾਲਾ ਜੀ ਹੁਣ ਤਾਂ ਜਦੋਂ ਗਾਂਹ ਜਾਵਾਂਗੇ ਉਦੋਂ ਪਤਾ ਲੱਗੂਗਾ। ਕੱਲ੍ਹ ਉਹਨਾਂ ਬਹੁਤ ਜ਼ਿਆਦਾ ਨੌਜਵਾਨ ਜ਼ਖਮੀ ਕੀਤੇ, ਉਹਨਾਂ ਨੇ ਰਾਤ ਸਾਰੀ ਰਾਤ ਗੋਲੀ ਚੱਲਦੀ ਰਹੀ ਆ, ਉਹ ਪਿੱਛੇ ਜਾ ਕੇ ਵੇਖੋ ਟਰੈਕਟਰਾਂ 'ਚ ਗੋਲੀਆਂ ਵੱਜੀਆਂ ਆ, ਸਾਰੇ ਉਹਨਾਂ ਨੇ ਜਿੰਨੇ ਟਰੈਕਟਰਾਂ ਟਾਇਰ ਸਾਰੇ ਪੈਂਚਰ ਹੋ ਗਏ ਜੀ, ਅਤੇ ਉਹ ਪਿੱਛੇ ਜਾ ਕੇ ਵੇਖੋ ਟਰਾਲਿਆਂ ਬਹੁਤ ਮੁੰਡੇ ਜ਼ਖਮੀ ਪਏ ਆ। ਕਿੰਨੇ ਕੁ ਮੁੰਡੇ ਜਿਹੜੇ ਜ਼ਖਮੀ ਹੋਏ ਸੀ ਕੱਲ੍ਹ? ਕਾਫੀ ਦੇਖੇ, ਕਿਸੇ ਦੀ ਅੱਖ 'ਤੇ ਸੱਟ ਵੱਜੀ ਸੀ, ਕਿਸੇ ਦੇ ਪੈਰਾਂ 'ਤੇ ਵੱਜੀ ਸੀ, ਕਿੰਨੇ ਕੁ ਜ਼ਖਮੀ ਹੋਏ ਸੀ ਕੱਲ੍ਹ? ਕੱਲ੍ਹ ਜੀ ਦੂਜਾ ਇਹ ਹੋ ਗਿਆ 1000 ਤੋਂ ਉੱਪਰ, 1000 ਤੋਂ ਉੱਪਰ ਜ਼ਖਮੀ ਹੋ ਗਏ ਬੰਦੇ। ਹਾਂਜੀ, ਤਾਂ ਹੁਣ ਕੀ ਕੁਝ ਜਿਹੜਾ ਦਿੱਲੀ ਵੱਲ ਨੂੰ ਵਧਣ ਰਹੇ ਅੱਜ ਕਿਸਾਨਾਂ ਵੱਲੋਂ ਕੀ ਕੁਝ ਕੀਤਾ ਜਾ ਰਿਹਾ? ਹਾਂਜੀ, ਅੱਜ ਤਾਂ ਸਾਡੀ ਫੁੱਲ ਤਿਆਰੀ, ਅੱਜ ਤਾਂ ਅਸੀਂ ਜੀ ਉਹ ਦੂਜਾ ਉਹ ਜਾਣੀ ਕੂਚ, ਅੱਜ ਅਸੀਂ ਦਿੱਲੀ ਨੂੰ ਕੂਚ ਕਰ ਜਾਣੀ ਆ, ਅੱਜ ਜੋ ਮਰਜ਼ੀ ਹੋ ਜਾਏ ਅੱਜ ਅਸੀਂ ਦਿੱਲੀ ਜਾ ਕੇ ਰਹਿਣਾ। ਹਾਂਜੀ, ਅੱਜ ਸਾਡੀ ਫੁੱਲ ਤਿਆਰੀ ਆ। ਤਾਂ ਕੱਲ੍ਹ ਵੀ ਕਿਸਾਨਾਂ ਵੱਲੋਂ ਜਿਹੜੀ ਹੈ ਤਿਆਰੀ ਪੂਰੀ ਤਰੀਕੇ ਨਾਲ ਕੀਤੀ ਗਈ ਸੀ, ਤਾਂ ਉਸ ਤੋਂ ਬਾਅਦ ਦਿੱਲੀ ਵੱਲ ਵਧਣ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਅੱਜ ਫਿਰ ਬਾਬਾ ਜੀ ਅੱਜ ਕਿਵੇਂ ਦੇਖਦੇ ਹੋ ਕਿ ਅੱਜ ਦਿੱਲੀ ਵੱਲ ਪਹੁੰਚੋਗੇ? ਮਹਾਰਾਜ ਪਹੁੰਚਾਊਗਾ, ਬਾਜਾਂ ਦਾ ਸਤਿਗੁਰ ਸਾਡੇ ਨਾਲ ਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜ਼ਰੂਰ ਪਹੁੰਚਾਊਗਾ, ਉਹਦੇ ਆਸਰੇ 'ਤੇ ਅਸੀਂ ਤੁਰਦੇ ਸਿੱਖ ਕੌਮ, ਉਹ ਹੋਏਗੀ ਆ, ਸਭ ਕੁਝ ਉਹ ਹੀ ਆ। ਬਾਕੀ ਇਹਨਾਂ ਦਾ ਹਿੰਦੁਸਤਾਨ ਪਾਕਿਸਤਾਨ ਦਾ ਬਾਰਡਰ ਬਣਾਤਾ, ਇਹ ਪੰਜਾਬ ਥੋੜ੍ਹਾ ਰਹਿ ਗਿਆ ਜਾਂ ਹਰਿਆਣਾ ਰਹਿ ਗਿਆ, ਇਹਦਾ ਬਾਰਡਰ ਬਣ ਗਿਆ ਹਿੰਦੁਸਤਾਨ ਅਤੇ ਪਾਕਿਸਤਾਨ ਦਾ। ਕਦੇ ਆਪਦੇ ਜਿਹੜੇ ਵਸਨੀਕ ਆ ਉਹਨਾਂ ਦੇ ਵੀ ਇਹੋ ਜਿਹੇ ਕੰਮ ਹੁੰਦੇ ਆ, ਅਤੇ ਬਹੁਤ ਮਾੜੀ ਹਾਲਤ ਹੈ। ਮੋਦੀ ਬਹੁਤ ਗੰਦੀ ਬੇਹੱਦ ਗੰਦੀ ਸਰਕਾਰ। ਹੁਣ ਜੇ ਦੇਖਿਆ ਜਾਵੇ ਤਾਂ ਹੁਣ ਕਿਸਾਨਾਂ ਦੀ ਆਪਸ ਵਿੱਚ ਮੀਟਿੰਗ ਚੱਲ ਰਹੀ ਹੈ, ਕਿ ਮੀਟਿੰਗ ਤੋਂ ਬਾਅਦ ਕੀ ਕਿੱਦਾਂ ਹੁਣ ਵਧਣਾ? ਜਥਿਆਂ ਦੇ ਤੌਰ 'ਤੇ ਰੂਪ 'ਚ ਘਲਾਉਣਗੇ, ਪਹਿਲਾਂ ਸ਼ਾਂਤਮਈ ਚੱਲੂਗਾ, ਸ਼ਾਂਤਮਈ ਤੋਂ ਬਾਅਦ ਫਿਰ ਜਿਹੜਾ ਹੋਊਗਾ ਲੱਗਦੇ। ਪੁਲਿਸ ਪ੍ਰਸ਼ਾਸਨ ਵੱਲੋਂ ਕਿਸ ਤਰ੍ਹਾਂ ਦੇ ਜਿਹੜੇ ਪ੍ਰਬੰਧ ਕੀਤੇ ਗਏ ਨੇ ਕੱਲ੍ਹ ਦੇ ਮੁਤਾਬਕ? ਕੱਲ੍ਹ ਤਾਂ ਬਹੁਤ ਜ਼ਿਆਦਾ ਕੀਤੇ ਆ, ਕੱਲ੍ਹ ਵੀ ਬਹੁਤ ਜ਼ਿਆਦਾ, ਅੱਜ ਵੀ ਬਹੁਤ ਜ਼ਿਆਦਾ।
ਤਾਂ ਦੇਖੋ ਕਿਵੇਂ ਅੱਜ ਜਿਹੜਾ ਅਲੱਗ ਅਲੱਗ ਤਰੀਕੇ ਦੇ ਜਿਹੜੇ ਉਪਰਾਲੇ ਨੇ ਉਹ ਕਿਸਾਨਾਂ ਵੱਲੋਂ ਕੀਤੇ ਜਾ ਰਹੇ ਨੇ। ਹਾਲਾਂਕਿ ਕੱਲ੍ਹ ਜਿਹੜੇ ਹੰਝੂਆਂ ਦੇ ਗੋਲੇ ਵੀ ਛੱਡੇ ਗਏ ਸੀ ਤਾਂ ਉਸ ਤੋਂ ਬਾਅਦ ਪਾਣੀ ਦੀਆਂ ਬੁਛਾਰਾਂ ਵੀ ਕਿਸਾਨਾਂ ਨੂੰ ਚੱਲਦੀਆਂ ਪਈਆਂ, ਪਰ ਅੱਜ ਜਿਹੜੇ ਅਲੱਗ ਅਲੱਗ ਤਰੀਕੇ ਦੇ ਨਾਲ ਕਿਸਾਨ ਅੱਗੇ ਵਧਣ ਦੀ ਜਿਹੜੀ ਆ ਉਹ ਕੋਸ਼ਿਸ਼ ਕਰ ਰਹੇ ਨੇ। ਹਾਲਾਂਕਿ ਕੱਲ੍ਹ ਦੀ ਡੇਟ ਦੇ ਵਿੱਚ ਕਿਸਾਨ ਇੱਥੇ ਤੱਕ ਰਹਿ ਗਏ ਸੀ, ਪਰ ਅੱਜ ਕਹਿ ਰਹੇ ਨੇ ਕਿ ਅੱਜ ਜਿਹੜਾ ਇਸ ਬਾਰਡਰ ਨੂੰ ਕ੍ਰੋਸ ਕਰਕੇ ਦਿੱਲੀ ਦੇ ਵੱਲ ਵਧਾਂਗੇ ਅਤੇ ਵਧਾਂਗੇ। ਤਾਂ ਹੁਣ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਕਿ ਕਿਵੇਂ ਹਾਲੇ ਫਿਲਹਾਲ ਕਿਸਾਨਾਂ ਦੀ ਜਿਹੜੀ ਹੈ ਉਹ ਮੀਟਿੰਗ ਚੱਲ ਰਹੀ ਹੈ ਅਤੇ ਇਸ ਮੀਟਿੰਗ ਤੋਂ ਬਾਅਦ ਅੱਗੇ ਜਿਹੜੀ ਵਧਣ ਦੀ ਕੋਸ਼ਿਸ਼ ਕਰਨਗੇ। ਹਾਲਾਂਕਿ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪ੍ਰਸ਼ਾਸਨ ਵੀ ਇੱਥੇ ਜਿਹੜੇ ਪੈਰੇ ਉਹਨਾਂ ਨੇ ਉਹ ਵੀ ਸਖ਼ਤ ਕੀਤੇ ਗਏ ਨੇ। ਕੱਲ੍ਹ ਦੇ ਮੁਤਾਬਕ ਕਿਸਾਨਾਂ ਦੀ ਗਿਣਤੀ ਜੇ ਕਹੀਏ ਤਾਂ ਕੱਲ੍ਹ ਦੇ ਮੁਤਾਬਕ ਕਿਸਾਨਾਂ ਦੀ ਗਿਣਤੀ ਵੀ ਵੱਧ ਹੈ ਅਤੇ ਕਿਸਾਨਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਕਿਸਾਨ ਜਿਹੜੇ ਨੇ ਹੋਰ ਜਿਹੜੇ ਨੇ ਘਰੋਂ ਤੁਰ ਪਏ ਨੇ ਅਤੇ ਜਿਹੜਾ ਇਸ ਸ਼ੰਭੂ ਬਾਰਡਰ ਨੂੰ ਕ੍ਰੋਸ ਕਰਕੇ ਅਤੇ ਅੱਜ ਦਿੱਲੀ ਵੱਲ ਨੂੰ ਵਧਾਂਗੇ। ਤਾਂ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਕਿ ਕਿਵੇਂ ਅੱਜ ਕਿਸਾਨ ਇਕੱਠੇ ਹੋਏ ਨੇ। ਤਾਂ ਵੈਰੀਗੇਟਿੰਗ ਦੀ ਗੱਲ ਕਰੀਏ ਤਾਂ ਕੱਲ੍ਹ ਵੀ ਕਾਫੀ ਵੈਰੀਗੇਟਿੰਗਸ ਕੀਤੀ ਗਈਆਂ ਸੀ ਅਤੇ ਅੱਜ ਵੀ ਵੈਰੀਗੇਟਿੰਗਸ ਦੀ ਗੱਲ ਕਰੀਏ ਤਾਂ ਦੇਖੋ ਕਿਵੇਂ ਅੱਜ ਅਲੱਗ ਅਲੱਗ ਤਰੀਕੇ ਦੇ ਨਾਲ ਵੈਰੀਗੇਟਿੰਗ ਕਈ ਲੇਅਰ ਜਿਹੜੀਆਂ ਬਣਾਈਆਂ ਗਈਆਂ ਸੀ ਕਿ ਇੱਕ ਪਾਸੋਂ ਜੇ ਕਿਸਾਨ ਨਿਕਲ ਜਾਵੇ ਤਾਂ ਅੱਗੋਂ ਨਹੀਂ ਨਿਕਲ ਸਕੇਗਾ, ਜੇ ਅੱਗੋਂ ਨਿਕਲ ਗਿਆ ਤਾਂ ਉਸ ਤੋਂ ਅੱਗੇ ਨਹੀਂ ਨਿਕਲ ਸਕੇਗਾ। ਪਰ ਕਿਤੇ ਨਾ ਕਿਤੇ ਕੱਲ੍ਹ ਕਾਫੀ ਜਿਹੜੀਆਂ ਕੋਸ਼ਿਸ਼ਾਂ ਪ੍ਰਸ਼ਾਸਨ ਦੀਆਂ ਨਾਕਾਮ ਕੀਤੀਆਂ ਸੀ ਕਿਸਾਨਾਂ ਨੇ ਅਤੇ ਅੱਜ ਫਿਰ ਜਿਹੜਾ ਤਿਆਰੀ ਖਿੱਚ ਲਈ ਹੈ ਤਾਂ ਹੁਣ ਸਵੇਰ ਦੀ ਜਿਹੜੀ ਹੁਣ ਫਿਲਹਾਲ ਮੀਟਿੰਗ ਚੱਲ ਰਹੀ ਅਤੇ ਉਸ ਤੋਂ ਬਾਅਦ ਹੁਣ ਕਿਸਾਨ ਦਿੱਲੀ ਵੱਲ ਨੂੰ ਵਧਣ ਦੀ ਤਿਆਰੀ ਦੇ ਵਿੱਚ ਨੇ ਅਤੇ ਹੁਣ ਇੱਧਰੋਂ ਇੱਧਰੋਂ ਵਧਣ ਦੀ ਕੋਸ਼ਿਸ਼ ਕਰਨਗੇ। ਤਾਂ ਹੁਣ ਦੇਖਣਾ ਇਹ ਹੋਏਗਾ ਕਿ ਕਿਸਾਨ ਕਿੱਥੇ ਤੱਕ ਪਹੁੰਚਦੇ ਨੇ, ਤਾਂ ਪ੍ਰਸ਼ਾਸਨ ਦੇ ਵੱਲੋਂ ਜਿਹੜੇ ਪ੍ਰਬੰਧ ਕੀਤੇ ਗਏ ਨੇ ਕਿ ਕਿਸਾਨ ਉਸ ਤੋਂ ਅੱਗੇ ਪਹੁੰਚਦੇ ਨੇ ਜਾਂ ਫਿਰ ਅੱਜ ਵੀ ਕਿਸਾਨ ਇੱਥੇ ਰਹਿ ਜਾਂਦੇ ਨੇ। ਕੈਮਰਾਮੈਨ ਪ੍ਰਿੰਸ ਦੇ ਨਾਲ ਦਾ ਸਿਟੀ ਹੈਡਲਾਈਨ ਜੈ ਕੁਮਾਰ।